ਜੀ ਇਜਾਜ਼ਤ ਹੈ ਤੁਹਾਡੀ ਵੀਡੀਓ ਬਣਾਵਾਂ ਬਣਾਇਓ ਜੀ ਤੇਰੇ ਸ਼ਰੀਕ ਪਰੇਸ਼ਾਨ ਦੇ ਨਾ ਹੋਸਨ ਗੁੱਡ ਹੋ ਗਿਆ ਕਿੱਥੋਂ ਆਏ ਹੋ ਕੀ ਕਰਨ ਆਏ ਹੋ ਦਵਾਈ ਲੈਣ ਕਿਹੜੀ ਸ਼ੈ ਦੀ ਕੈਂਸਰ ਦੀ ਕਿਹੜੀ ਸ਼ੈ ਦਾ ਕੈਂਸਰ ਹੈ ਤੁਹਾਨੂੰ ਜਿਗਰ ਦਾ ਕੈਂਸਰ ਹੈ ਤੁਹਾਨੂੰ ਕਿਹਨੇ ਦੱਸਿਆ ਵੀ ਜਿਗਰ ਦਾ ਕੈਂਸਰ ਹੈ ਡਾਕਟਰਾਂ ਦੱਸਿਆ ਕਿੰਨੇ ਵਾਰੀ ਦਵਾਈ ਲੈ ਗਏ ਹੋ ਮੇਰੇ ਕੋਲੋਂ ਹੁਣ ਤੀਜੇ ਵਾਰੀ ਆਏ ਵਧਿਓ ਦੋ ਵਾਰੀ ਪਹਿਲੇ ਲੈ ਗਏ ਹੋ ਮੁੜ ਕੇ ਬਣਿਆ ਕਿੰਨੇ ਠੀਕ ਹੋ ਤੁੱਕਾ ਲੱਗ ਗਿਆ ਖਾਂਦਾ ਪੀਂਦਾ ਠੀਕ ਹੈ ਵੱਜਦਾ ਨਸਦਾ ਠੀਕ ਹੈ ਕੈਂਸਰ ਦੀ ਦਵਾਈ ਕਾਮਯਾਬ ਹੈ ਕਿਉਂ ਜੀ ਕਾਮਯਾਬ ਹੈ ਤੁਸੀਂ ਕੀ ਲੱਗਦੇ ਹੋ ਇਹਦੇ ਤੁਹਾਡਾ ਵਾਲੇ ਤੇ ਤੁਹਾਡਾ ਕੀ ਲੱਗਦਾ ਹੈ ਤੁਹਾਡਾ ਦੋਵਾਂ ਦਾ ਪਿਓ ਲੱਗਦਾ ਹੈ ਇੱਕ ਦਾ ਨਹੀਂ ਤੁਸੀਂ ਮੁਤਮੈਨ ਹੋ ਇਲਾਜ ਤੋਂ ਤੁਹਾਨੂੰ ਕਿਹਨੇ ਦੱਸਿਆ ਸੀ ਵੀ ਕੈਂਸਰ ਇਹਨੂੰ ਤੁਹਾਡਾ ਭਾਈ ਰਹਿੰਦਾ ਹੈ ਦੁਬਈ ਉਹਨੇ ਦੱਸਿਆ ਸੀ ਉਹਨੇ ਨੈਟ ਤੇ ਵੇਖਿਆ ਵੀ ਇਸ ਬੰਦੇ ਕੋਲ ਜਾਓ ਜਿਗਰ ਦੇ ਕੈਂਸਰ ਇਲਾਜ ਹੈ ਇਹਦੇ ਕੋਲ ਅੱਛਾ ਮੁੜ ਦੋ ਵਾਰੀ ਦਵਾਈ ਲੈ ਪਹਿਲੇ ਕੀ ਹੁੰਦਾ ਸੀ ਤੁਹਾਨੂੰ ਜਿਹੜੇ ਵੇਲੇ ਤੁਹਾਡਾ ਤੁਸੀਂ ਮੇਰੇ ਕੋਲ ਆਏ ਸੋ ਉਸ ਤੋਂ ਪਹਿਲੇ ਸਾਰੀ ਟੰਗੀ ਹੁੰਦੀ ਹੈ ਅੱਛਾ ਹੋਰ ਬਗਲਾ ਹੋਰ ਤੇ ਤੁਸੀਂ ਆਖਿਆ ਜਿਗਰ ਦੇ ਖੂਨ ਨਹੀਂ ਬਣੇਗਾ ਪਾਣੀ ਬਣੇਗਾ ਹਾਂ ਡਾਕਟਰ ਅਤੀਕ ਨੇ ਆਖਿਆ ਸੀ ਕੈਂਸਰ ਇਹਨੂੰ ਬਖਤਾਵਰ ਅਮੀਨ ਕਿੱਥੇ ਮੁਲਤਾਨ ਇਲਾਜ ਕਰਦੇ ਰਹੇ ਹੋ ਮੇਰਾ ਤੁੱਕਾ ਲੱਗ ਗਿਆ ਹੈ ਠੀਕ ਹੈ ਮਰੀਜ਼ ਸ਼ਫਾਯਾਬ ਹੁਆ ਹੈ ਟੋਬਾ ਟੇਕ ਸਿੰਘ ਸੇ ਯੇ ਬੰਦਾ ਆਇਆ ਹੈ ਪਿਛਲੇ ਦਿਨੋਂ ਮੈਂ ਜੰਗ ਗਿਆ ਥਾ ਵਾਪਸੀ ਪਰ ਮੈਨੇ ਰਾਸਤੇ ਮੇਂ ਪੜਾ ਥਾ ਕਿ ਯਹਾਂ ਪਰ ਕੋ ਟੋਬਾ ਟੇਕ ਸਿੰਘ ਵੀ ਹੈ ਠੀਕ ਹੈ ਚੀਚਾ ਵਤਨੀ ਕਿਤਨਾ ਦੂਰ ਹੈ ਆਪਸੇ 60 ਕਿਲੋਮੀਟਰ ਹੈ ਚੀਚਾ ਵਤਨੀ ਮੈਂ ਆ ਰਿਹਾ ਚਾਚੇ ਸਜਾਦ ਕੋਲ ਉਹਦੀ ਅੰਮਾ ਦਾ ਫਾਲੀ ਠੀਕ ਹੋ ਗਿਆ ਉਹ ਕਰ ਰਿਹਾ ਮੇਰੀ ਦਾਵਤ ਚੀਚਾ ਵਤਨੀ ਮੈਂ ਆਣਾ ਹੈ ਤੇ ਤੁਸੀਂ ਇੰਤਜ਼ਾਰ ਹੈ ਰਾਸੋ ਇਹ ਅਸਿਸਟੈਂਟ ਕਮਿਸ਼ਨਰ ਜਿਹੜਾ ਸ਼ੁਜਾਬਾਦ ਫਿਆਜ਼ ਦਤਾਲਾ ਹੈ ਇਹ ਟੋਬਾ ਟੇਕ ਸਿੰਘ ਦਾ ਹੈ ਹੈਂ ਪੱਕੀ ਗੱਲ ਹੈ ਚਲੋ ਓਕੇ ਹੋ ਗਿਆ ਜੀ